ਮੇਰਾ ਤਾਂ ਸੁਵਿੰਦਰ ਸਿੰਘ ਬੜਾਇਆ ਚਾਹੀ। ਇਹ ਜਿਹੜਾ ਇੱਕ ਆ ਤੁਸੀਂ ਸਾਈਕਲ ਲੱਕੜ ਦੇ ਟਾਇਰਾਂ ਵਾਲਾ ਕਿੱਥੋਂ ਲਿਆਂਦਾ ਕੀ ਹੈਗਾ ਜੀ? ਹਾਂਜੀ ਇਹ ਜਦ ਆਪਣਾ ਇਕੱਠਾ ਹੀ ਦੀ ਪਾਕਿਸਤਾਨ ਅਤੇ ਇੰਡੀਆ ਜੀ, ਇਹ ਸਾਡੇ ਨਾਲੇ ਪਿੰਡ ਜਲਾਓ ਦਾ, ਉੱਥੇ ਦਾ ਬੰਦਾ ਰੇਲਵੇ ਲੱਗਿਆ ਹੈ ਜੀ, ਉਹ ਲੈ ਗਿਆ ਸੀ ਉੱਥੇ ਮੈਂ ਲਾਹੌਰ ਤੋਂ ਜਾ ਕੇ। ਹਾਂਜੀ ਉਹਨਾਂ ਨੇ ਸਾਂਭ ਕੇ ਰੱਖਿਆ ਸੀ। ਇਹ ਜਿਹੜਾ ਸਾਈਕਲ ਆ ਕਾਹਦਾ ਬਣਿਆ, ਕਾਹਦਾ ਹੋਇਆ, ਕੀ ਕੀ ਇਹਨੂੰ ਲੱਗਿਆ ਜੀ? ਇਹ ਲੱਕੜ ਦੇ ਬਸ ਲੋਹੇ ਦਾ ਹੀ ਬਣਿਆ ਜੀ, ਆਪਣੇ ਕਮਾਣੀ ਲੱਗੀ ਹੈ ਬਸ ਇਹ 'ਚ। ਹਾਂਜੀ ਕਦ ਕਿੰਨਾ ਕੁ ਚਿਰ ਪੁਰਾਣਾ ਸਾਈਕਲ ਹੈ? ਇਹ ਹੋਊਗਾ ਜੀ 100 ਸਾਲ ਦੇ ਗੇੜ 'ਚ ਪੁਰਾਣਾ ਹੋਊ ਜੀ ਘੱਟੋ ਘੱਟ। ਹਾਂਜੀ ਇਹਦਾ ਕੋਈ ਲਾਇਸੈਂਸ ਲਾਇਸੈਂਸ ਜੀ ਪੀ ਕੀ ਹੈਗਾ ਜੀ ਇਹਦਾ? ਹਾਂਜੀ ਲਾਇਸੈਂਸ ਹੁੰਦਾ ਜੀ ਇਹਦਾ ਬਣਿਆ ਆਪਣੇ ਜੀ, ਉਹ ਵੀ ਮੇਰੇ ਕੋਲ ਸਾਂਭ ਕੇ ਰੱਖਿਆ ਲਾਇਸੈਂਸ ਆਪਣੇ। ਹਾਂਜੀ ਤਾਏ ਜੀ ਨਾਂ 'ਤੇ ਬਣਿਆ ਹੋਇਆ ਉਹ ਰੱਖਿਆ ਜੀ। ਅਤੇ ਇਹਨੂੰ ਦੇਖਣ ਵਾਲੇ ਲੋਕ ਕਿੰਨੇ ਕਹਿੰਦੇ, ਚਲਾਉਣੇ ਚਲਾਉਣੇ ਵੀ ਹੈਗੇ? ਹਾਂਜੀ ਚਲਾਉਂਦੇ ਜੀ ਆਪਣੇ ਪਿੰਡ 'ਚ ਗੇੜੇ ਦਏ ਆਈ ਦਾ। ਹਾਂਜੀ ਦੇਖਣ ਲਈ ਜਿਹੜੇ ਲੋਕ ਆਉਂਦੇ ਉਹ ਕੁਛ ਕਹਿੰਦੇ ਤੁਹਾਨੂੰ ਵੀ ਆ ਕੀ ਚੱਕੀ ਵਰਗੋ ਕੀ ਹੈ? ਹਾਂਜੀ ਉਹ ਕਰਦੇ ਹੈਰਾਨ ਹੁੰਦੇ ਨੇ ਦੇਖ ਕੇ ਵੀ ਇਹ ਕੀ ਗੱਡਾ ਚੱਕੀ ਫਿਰਦਾ, ਵੀ ਇਹੋ ਜਿਹਾ ਸਾਈਕਲ ਕਦੇ ਦੇਖਿਆ ਨਹੀਂ ਗਾ, ਫਿਰ ਦੱਸੀਦਾ ਵੀ ਸਾਈਕਲ ਆ ਇਹ, ਵੀ ਇਸ ਤਰ੍ਹਾਂ ਸਾਈਕਲ ਹੁੰਦੇ ਸੀ ਪਹਿਲਾਂ ਜੀ। ਤੁਹਾਡੇ ਘਰ 'ਚੋਂ ਬੱਚੇ ਵੀ ਚਲਾਉਂਦੇ, ਤੁਸੀਂ ਚਲਾਉਂਦੇ ਉਹਨੂੰ? ਹਾਂਜੀ ਬੱਚੇ ਵੀ ਚਲਾਉਂਦੇ ਫਿਰ ਜਾਂਦੇ ਜੀ। ਹਾਂਜੀ ਮੈਂ ਵੀ ਚਲਾਉਂਦੇ ਜੀ। ਇਹ ਕੋਈ ਤੁਹਾਨੂੰ ਆਉਂਦਾ ਨਹੀਂ ਕਹਿੰਦਾ ਨਹੀਂ ਵੀ ਇਹ ਜਿਵੇਂ ਬਾਹਰੋਂ ਕੋਈ ਆਉਂਦਾ ਵੀ ਇਹ ਸਾਈਕਲ ਮੈਨੂੰ ਦੇ ਦੇ, ਵੀ ਮੈਂ ਲੈ ਜਾਣਾ ਖਰੀਦਣ ਲਈ ਆਉਂਦਾ ਜਾਂ ਕੁਛ ਇਸ ਤਰ੍ਹਾਂ? ਹਾਂਜੀ ਬਹੁਤ ਮੰਗਦੇ ਨੇ ਜੀ ਆਪਣੇ, ਇਹ ਪੰਜਾਬ 'ਚ ਹੈ ਨਹੀਂ ਨਾ ਕਿਸੇ ਕੋਲ ਆਪਣੇ ਜੀ, ਇੱਕ ਬਾਹਰੋਂ ਬੰਦਾ ਆਇਆ ਜੀ ਉਹ ਮੰਗਦਾ ਸੀ ਆਪਣੇ, ਕਹਿੰਦੇ 50 ਲੱਖ ਰੁਪਏ ਲੈ ਲਾ ਮੈਂ ਤੋਂ, ਪਰ ਮੈਂ ਦਿੱਤਾ ਨਹੀਂ ਕਰਨਾ ਜੀ। 50 ਲੱਖ ਦਾ ਕਿਉਂ ਨਹੀਂ ਦਿੱਤਾ ਜੀ? ਬਸ ਸ਼ੌਂਕ ਦਾ ਫਿਰ ਮੁੱਲ ਨਹੀਂ ਹੁੰਦਾ ਨਾ ਜੀ, ਇਸ ਕਰਕੇ ਮੈਂ ਦਿੱਤਾ ਨਹੀਂ ਗਾ ਫਿਰ। ਦੇ ਦੇਣਾ ਸੀ 50 ਲੱਖ ਦਾ? ਨਾ ਜੀ ਸ਼ੌਂਕ ਨਹੀਂ, ਫਿਰ ਆਪਣੇ ਪੂਰਾ ਹੁੰਦਾ ਜੀ। ਹਾਂਜੀ ਅਤੇ ਹੁਣ ਕੀ ਕਹਿੰਦੇ ਹੋ ਜਿਵੇਂ ਇਹ ਸਾਈਕਲ ਸਿਰਫ ਪੰਜਾਬ 'ਚ ਕਿਹਦੇ ਨਾਲ ਦਾ, ਹਾਂਜੀ ਹੋਰ ਕਿਤੇ ਪੰਜਾਬ ਤੋਂ ਬਾਹਰ ਦੇਖੇਗਾ ਤੁਸੀਂ? ਨਹੀਂ ਪੰਜਾਬ ਤੋਂ ਬਾਹਰ ਤਾਂ ਸ਼ਾਇਦ ਮੈਂ ਜਾਣੀ ਦੇਖਿਆ ਨਹੀਂ ਗੱਲ ਤੋਂ, ਫਿਰ ਮੈਂ ਕਿਤੇ ਹੋਵੇ ਕਹਿ ਨਹੀਂ ਸਕਦਾ, ਜਾਣੀ ਮੈਂ ਦੇਖਿਆ ਨਹੀਂ। ਕਿਵੇਂ ਬਣਾਇਆ ਹੋਇਆ, ਕਿਹੜੀ ਕਿਹੜੀ ਚੀਜ਼ਾਂ ਲੱਗ? ਹਾਂਜੀ ਲੋਹਾ ਅਤੇ ਆਪਣੇ ਲੱਕੜ ਲੱਗੀ ਆ, ਕਮਾਣੀ ਲੱਗੀ ਹੈ ਜਿਹਨੂੰ, ਬਸ ਆਹ 2-3 ਚੀਜ਼ਾਂ ਦਾ ਬਣਿਆ ਹੋਇਆ। ਜਿਵੇਂ ਹੁਣ ਅਸੀਂ ਦੇਖਿਆ ਤਾਂ ਬ੍ਰੇਕਾਂ ਨਹੀਂ ਹੈਗੇ, ਫਿਰ ਰੋਕਦੇ ਕਿਵੇਂ ਚਲਾਉਂਦੇ ਤੁਸੀਂ? ਰੁਕਦਾ ਜੀ ਇਹ ਪੈਡਲਾਂ 'ਤੇ ਹੀ ਆਪਣੇ, ਪੈਡਲ ਨੂੰ ਦੱਬ ਕੇ ਉੱਥੇ ਹੀ ਮੈਂ ਰੁਕ ਜਾਂਦਾ ਜੀ।